ਮੁਬਾਰਕਾਏ ਮੇਰਾ ਸੁਬਾ ਸੁਬਾ ਨਾਸ਼ਤਾ ਕਰਨ ਤੋਂ ਬਾਅਦ ਕੇਜ ਖੋਲਿਆ ਵਾ ਤੇ ਮੈਨੂੰ ਇੱਕ ਬੜੀ ਕਿਊਟ ਜੀ ਚੀਜ਼ ਨਜ਼ਰ ਆਈਆ ਮੈਂ ਕਿ ਆਪਣੀ YouTube ਫੈਮਲੀ ਨਾਲ ਉਹ ਚੀਜ਼ ਲਾਜ਼ਮੀ ਸ਼ੇਅਰ ਕਰਨੀ ਆ ਤੁਹਾਨੂੰ ਮੈਂ ਦਿਖਾਉਂਦਾ ਵਾ ਓਏ ਆ ਤੁਸੀਂ ਚੈੱਕ ਕਰੋ ਓਏ ਆ ਦੇਖੋ ਯਾਰ ਕਿੰਨੇ ਕਿਊਟ ਲੱਗਦੇ ਆ ਇੰਨਾ ਕਿਹੇ ਪਿਆਰ ਲੈਂਦੇ ਆ ਨਾ ਇਹਨਾਂ ਨੂੰ ਅਸੀਂ ਰਾਤੀ ਮੈਂ ਤੁਹਾਨੂੰ ਚੈੱਕ ਕਰਉਂਦਾ ਵਾ ਕੇਜ ਖੋਲ ਕੇ ਓਹ ਹੋ ਹੋ ਬਾਹਰ ਆ ਗਿਆ ਇਹਨਾਂ ਨੂੰ ਨਾ ਅਸੀਂ ਰਾਤੀ ਬੋਕਸ ਦੇ ਵਿੱਚ ਪਾ ਕੇ ਨਾ ਇਹ ਆਹ ਚੈੱਕ ਕਰੋ ਇੱਕ ਉੱਪਰ ਬੈਠਾ ਹੋਇਆ ਵਾ ਇਸ ਬੋਕਸ ਦੇ ਵਿੱਚ ਰੱਖੇ ਸੀਗੇ ਤੇ ਇੱਕ ਆਹ ਉੱਪਰ ਫਿਰਨ ਦਿਆ ਹੋਇਆ ਵਾ ਇਹਦੇ ਕੰਮ ਚੈੱਕ ਕਰੋ ਤੁਹਾਨੂੰ ਲੱਗਿਆ ਸੀਗਾ ਕਿ ਇਹਨਾਂ ਨੂੰ ਠੰਡ ਲੱਗਣ ਦੀ ਹੈ ਤੇ ਅਸੀਂ ਨਾ ਰਾਤ ਇਹਨਾਂ ਨੂੰ ਕਿਟਕੜ ਕੇਜ ਦੇ ਅੰਦਰ ਲਿਆਏ ਸੀਗੇ ਤੇ ਜਨਾਬ ਇੱਥੇ ਨਾ ਦੋਵਾਂ ਨੇ ਥੱਲੇ ਛਾਲ ਮਾਰਤੀ ਆ ਆ ਨੀਜੇ ਫਿਰਨ ਦੇ ਹੋਇਆ ਚੈੱਕ ਕਰੋ ਪੂਰਾ ਚੇਲ ਕਰਨ ਦੇ ਆ ਇਹ ਮਾਸ਼ਾਅੱਲਾ ਹੁਣ ਵੱਡੇ ਹੋ ਗਏ ਹੋਏ ਚਲੋ 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 نیچے ਜਿਹੜੇ ਦਾਣੇ ਦੋਣੇ ਖਿਲਰੇ ਆ ਨਾ ਅਸੀਂ ਪੰਰੀਂਦਿਆਂ ਨੂੰ ਜਿਹੜਾ ਦਾਣਾ ਪਾਣੀ ਪਾਈਦਾ ਵਾ نیچے ਦਾਣੇ ਖਿਲਰੇ ਆ ਤੇ ਬੜੇ ਸ਼ੌਕ ਨਾਲ ਬੈ ਕੇ نیچےੋਂ ਦਾਣਾ ਖਾਣਦੇ ਸੀ ਅੱਗੇ ਉਹ ਕੱਲੀ ਤੁਰੀ ਫਿਰਦੀ ਤੈਨੂੰ ਬਿੱਲੀ ਨੇ ਲੈ ਜਾਣਾ ਵਾ ਇੱਧਰ ਆ ਜਾ ਇੱਧਰ ਆ ਇੱਧਰ ਹੱਥ ਤੇ ਆ ਜਿੱਥੇ ਦੋਵੇਂ ਜੀ ਹੋਈਏ ਨਾ ਤੇ ਉੱਥੇ ਰੌਣਕ ਬਹੁਤੀ ਲੱਗਦੀ ਹੁੰਦੀ ਆ ਉਹ ਵਿਚਾਰੇ ਨੂੰ ਕੱਲਾ ਛੱਡ ਕੇ ਤੂੰ ਆਪ ਬਾਹਰ ਟੈਲਦੀ ਫਿਰਦੀ ਆ ਇਹ ਇੱਥੇ ਰਹਿਣਾ ਵਾ ਸਾਡੀਆਂ ਨਜ਼ਰਾਂ ਦੇ ਸਾਹਮਣੇ ਰਹਿਣਾ ਵਾ ਅਸੀਂ ਚੱਲੇ ਆ ਜਰਾ ਕਿਟਕਾੜ ਕੇ ਦੇ ਅੰਦਰ ਵਾਵਾ ਕੰਮ-ਸ਼ਾਮ ਖਰਾਬ ਹੋਇਆ ਹੋਇਆ ਵਾ ਸੈਟਿੰਗ ਕਰਨੀ ਆ ਚੱਲ ਮੈਂ ਪਹਿਲੇ ਤੇਰੇ ਸਿਰ ਦੇ ਵਿੱਚ ਹੱਥ ਫੇਰ ਦਿੰਨਾ ਵਾ ਤੇਰਾ ਚਸਕਾ ਪੂਰਾ ਕਰਕੇ ਤੇ ਫੇਰ ਮੈਂ ਕਿਟਕੜ ਕੇਜ ਦੇ ਵਿੱਚ ਜਾਣਾ ਵਾ ਆਪਣੇ ਪਿਆਰੇ ਜੇ ਕੇਜ ਦੇ ਵਿੱਚ ਜਨਾਬ ਅਸੀਂ ਆ ਚੁੱਕੇ ਹਾਂ ਤੇ ਅੱਜ ਨਾ ਪੂਰੀ ਕੇਜ ਦੀ ਸੈਟਿੰਗ ਵਗੈਰਾ ਕਰਨੀ ਆ ਤੁਹਾਨੂੰ ਪਤਾ ਵਾ ਕਿ ਇਹਦੇ ਵਿੱਚ ਲੱਕੇ ਕਬੂਤਰ ਸੀਗੇ ਆਪਣੇ ਕੋ ਪਹਿਲੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਸਤਿਆਨਾਸ਼ ਕੀਤਾ ਹੋਇਆ ਵਾ ਪੂਰੇ ਕੇਜ ਦਾ ਹਰ ਸ਼ੈ ਜਿਹੜੀ ਨਾ ਆਪਣੀ ਜਗ੍ਹਾ ਤੋਂ ਹਿੱਲੀ ਹੋਈ ਆ ਤੇ ਵਲੌਗ ਨੂੰ ਜਨਾਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਵਾ ਇਨਸ਼ਾਅੱਲਾਹ ਤੁਲਾ ਵਲੌਗ ਦੇਖਣ ਦਾ ਬਹੁਤ ਜ਼ਿਆਦਾ ਮਜ਼ਾ ਤੁਮਸੇ ਨਾ ਹੋ ਪਾਏਗਾ ਅੱਜ ਮੈਂ ਇਹ ਸੋਚਿਆ ਵਾ ਕਿ ਆਪਾਂ ਆਪਣੇ ਕੋਕਟੇਲ ਦੇ ਅੰਡਿਆਂ ਦੀ ਕੈਂਡਲਿੰਗ ਕਰਕੇ ਦੇਖ ਲਈਏ ਹੈ ਨਹੀਂ ਕਿਉਂਕਿ ਆਪਣੀ ਜਿਹੜੀ ਫੀਮੇਲ ਹੈ ਨਾ ਉਹ ਬਾਕਸ ਦੇ ਉੱਪਰ ਬੈਠੀ ਹੋਈ ਹੈ ਤੇ ਮੇਲ ਜਿਹੜਾ ਵਾ ਜਨਾਬ ਉਹ ਬਾਕਸ ਦੇ ਅੰਦਰ ਬੈਠਾ ਹੋਇਆ ਵਾ ਤੇ ਅੱਜ ਕੈਂਡਲਿੰਗ ਕਰਨੀ ਹੈ ਅਗਰ ਤੇ ਅੰਡੇ ਸਹੀ ਹੋਏ ਤੇ ਠੀਕ ਹੈ ਅਗਰ ਅੰਡੇ ਨਾ ਸਹੀ ਹੋਏ ਤੇ ਅਸੀਂ ਇਹਨਾਂ ਦੇ ਅੰਡੇ ਕਰ ਦੇਣੇ ਆ ਜ਼ਾਇਆ ਤੇ ਫੇਰ ਦੁਬਾਰਾ ਅੰਡੇ ਦੇਣਗੇ ਤੇ ਉਹਨਾਂ ਵਿੱਚੋਂ ਇਹ ਬੱਚੇ ਕੱਢਣਗੇ ਮੇਲ ਸਾਹਿਬ ਵੀ ਵਾਰ ਆ ਗਿਆ ਮੈਨੂੰ ਲੱਗਦਾ ਨਹੀਂ ਹੈਗਾ ਕਿ ਅੰਡੇ ਸਹੀ ਆ ਕਿਉਂਕਿ ਅੰਡੇ ਇਹਨਾਂ ਨੇ ਕਾਫੀ ਦੇਰ ਦੇ ਦਿੱਤੇ ਹੋਏ ਆ ਅਗਰ ਅੰਡੇ ਸਹੀ ਹੁੰਦੇ ਤੇ ਇਹਨਾਂ ਚੋਂ ਹੁਣ ਡਿੱਗਰ ਬੱਚੇ ਨਿਕਲੇ ਆਉਣੇ ਸੀਗੇ ਦੋ ਅੰਡੇ ਦਿੱਤੇ ਸੀਗੇ ਜਨਾਬ ਤੇ ਕਾਫੀ ਦਿਨ ਹੋ ਗਏ ਆ ਆ ਦੇਖੋ ਅੰਡਿਆਂ ਦੀ ਜੋ ਹਾਲਾਤ ਵਾ ਨਾ ਦੋਵੇਂ ਅੰਡੇ ਮਿਲਦਾ ਖਰਾਬ ਬਰੀਡਿੰਗ ਬਾਕਸ ਦਾ ਹਾਲ ਚੈੱਕ ਕਰੋ ਕਬੂਤਰਾਂ ਨੇ ਕੀ ਹਾਲ ਕੀਤਾ ਵਾ ਪੂਰੇ ਕੇਜ ਦਾ ਇਹਨਾਂ ਦੇ ਵੀ ਪੂਰੀ ਸੈਟਿੰਗ ਵਗੈਰਾ ਨਾ ਦੁਬਾਰਾ ਸਾਨੂੰ ਕਰਨੀ ਪੈਣੀ ਆ ਇੰਨਾ ਸ਼ੁਕਰ ਵਾ ਕਿ ਅਸੀਂ ਆਪਣੇ ਕਬੂਤਰ ਟਾਈਮ ਦੇ ਨਾਲ ਹੀ ਕੱਢ ਕੇ ਉੱਪਰ ਸ਼ਿਫਟ ਕਰਦੇ ਆ ਸਾਡੇ ਫਿੰਜੀ ਨੇ ਅੰਡੇ ਦਿੱਤੇ ਸੀਗੇ ਲੇਕਿਨ ਸਰਦੀ ਬਹੁਤ ਜ਼ਿਆਦਾ ਪਈ ਆ ਬੱਚੇ ਨਿਕਲੇ ਸੀਗੇ ਲੇਕਿਨ ਸਰਦੀ ਨਾਲ ਬੱਚੇ ਸਾਰੇ ਮਰ ਗਏ ਅਸੀਂ ਹੁਣ ਇਹ ਫੈਸਲਾ ਕੀਤਾ ਵਾ ਕਿ ਸਾਡੇ ਐਸਕੇ ਚ ਵੁੱਡਨ ਕੇਜ ਚ ਫਿੰਜੀਆਂ ਫਿਰਦੀਆਂ ਨਾ ਜੋੜਾ ਜ਼ੈਬਰਾ ਫਿੰਜੀ ਇਹਨਾਂ ਨੂੰ ਅਸੀਂ ਬਾਹਰ ਆਜ਼ਾਦ ਕਰਨ ਲੱਗੇ ਆ मजा आएगा ना भिड़ो वन टू थ्री आजादी मुबारक हो मुबारक हो मुहबत गुनगुनाती है तुम्हारा दिल धड़कता है फिंची को आवाज आती है ਕੜੋ ਅੱਛਾ ਯਾਰ ਫਿੰਸੀਆਂ ਅਸੀਂ ਆਜ਼ਾਦ ਕਰਤੀਆਂ ਵਾ ਅੱਜ ਤੋਂ ਸਾਡੀਆਂ ਦੋਵੇਂ ਫਿੰਸੀਆਂ ਵੀ ਆਜ਼ਾਦ ਫਿਰਿਆ ਕਰਨਗੀਆਂ ਇਹ ਇਸ ਕਰਕੇ ਬੰਦ ਕੀਤੀਆਂ ਸੀਗੀਆਂ ਕਿਉਂਕਿ ਇਹ ਬਾਕੀਆਂ ਨੂੰ ਮਾਰਦੀਆਂ ਸੀਗੀਆਂ ਤੇ ਹੁਣ ਦੇਖਦੇ ਆਂ ਕਿ ਅਗਰ ਇਹਨਾਂ ਨੇ ਬਾਕੀਆਂ ਨੂੰ ਨਾ ਮਾਰਿਆ ਸਹੀ ਤਰੀਕੇ ਨਾਲ ਆਜ਼ਾਦ ਫਿਰਦੀਆਂ ਰਹੀਆਂ ਤੇ ਆਜ਼ਾਦ ਰਹਿਣਗੀਆਂ ਅਗਰ ਇਹਨਾਂ ਨੇ ਫੇ ਉਹੀ ਹਰਕਤਾਂ ਕੀਤੀਆਂ ਤੇ ਦੁਬਾਰਾ ਦੋ ਇਹ ਕੇਜ ਦੇ ਅੰਦਰ ਬੰਦ ਹੋਣਗੀਆਂ ਵੁੱਡਨ ਕੇਜ ਬਿਲਕੁਲ ਖਾਲੀ ਹੋ ਚੁੱਕਿਆ ਵਾ ਯਾਰ ਇਹਦੇ ਵਿੱਚ ਬੱਚੇ ਇਹਨਾਂ ਨੇ ਦਿੱਤੇ ਸੀਗੇ ਸਾਨੂੰ ਇਹਨਾਂ ਦੇ ਬੱਚੇ ਵੀ ਨਹੀਂ ਨਜ਼ਰ ਆਏ ਹੈ ਕਿ ਬੱਚੇ ਮਰ ਗਏ ਲੇਕਿਨ ਉਹਨਾਂ ਦੀਆਂ ਲਾਸ਼ਾਂ ਵੀ ਸਾਨੂੰ ਨਹੀਂ ਨਜ਼ਰ ਆਈਆਂ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਵਾ ਕੀ ਆਪਣੇ ਕੋ ਇਸ ਟਾਈਮ ਦੋ ਵੁੱਡਨ ਕੇਜ ਖਾਲੀ ਹੋ ਗਿਆ ਇੱਕ ਤਾਂ ਫਿੰਝੀਆਂ ਹੋਣੀ ਹੋਣੀ ਆਜ਼ਾਦ ਗਿੱਦੀਆਂ ਵਾ ਤੇ ਦੂਸਰੇ ਨੰਬਰ ਤੇ ਇਹਦੇ ਵਿੱਚ ਸੀਗੇ ਆਪਣੇ ਆਸਟ੍ਰੇਲੀਅਨ ਤੋਤੇ ਉਹ ਅਸੀਂ ਸੈਟਅਪ ਤੋਂ ਬਾਹਰ ਕੱਢਦੇ ਹੋਏ ਆ ਹੁਣ ਆ ਦੋ ਵੁੱਡਨ ਕੇਜ ਖਾਲੀ ਆ ਇਧਰ ਮੂੰਹ ਕਰਕੇ ਗੱਲ ਪੂਰੀ ਸੁਣਿਆ ਕਰ ਇਹਨਾਂ ਤੋਦੀ ਕਿੱਧਰ ਗਈ ਓਏ ਅੱਲਾ ਦੇ ਬੰਦੇ ਆ ਦੇਖ ਬਿੱਲੀ ਬੁੱਲੀ ਨਾਲ ਕਿਤੇ ਲੈ ਆਏ ਵੇ ਦੇਖੀ 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 ਤੋਤਾ ਉੱਪਰ ਬੈਠਾ ਹੋਇਆ ਵਾ ਟਵੀਟੀ ਕਿੱਧਰ ਆ ਟਵੀਟੀ ਟਵੀਟੀ ਓਏ ਇਹਦਾ ਕੰਮ ਚੈੱਕ ਕਰੋ ਐਸਾ ਲੱਗਾ ਮੇਰਾ ਮਜ਼ਾਕ ਉਹ ਡਰਾ ਕੇ ਰੱਖਦਾ ਸਾਨੂੰ ਡਰਾ ਕੇ ਕੋਈ ਗੱਲਾਂ ਕਰਨ ਵਾਲੀਆਂ ਵਾ ਤੇਰੀਆਂ ਯਾਰ ਇਹ ਕਿੱਥੇ ਜੰਣਾ ਉਹਦੇ ਤੈਨੂੰ ਬਿੱਲੀ ਲੱਗੀ ਤੇ ਕੌਣ ਜ਼ਮਾਦਾਰ ਵਾ ਉਹ ਵਿਚਾਰਾ ਕੱਲਾ ਬੈਠਾ ਇਹਨਾਂ ਨੂੰ ਕੇਜ ਦੇ ਅੰਦਰ ਹੀ ਬੰਦ ਕਰ ਯਾਰ ਇਹਨਾਂ ਨੂੰ ਕੇਜ ਦੇ ਅੰਦਰ ਹੀ ਬੰਦ ਕਰ ਇਹ ਅਗਰ ਬਹੁਤਾ ਉੱਚੇ ਚੱਲ ਜਾਂਦੀ ਤਾਂ ਉੱਤੇ ਬਿੱਲੀ ਨੇ ਆ ਕੇ ਇਹਨੂੰ ਭਾਈ ਮੂੰਹ ਚ ਪਾ ਲੈਣਾ ਸੀਗਾ ਉਹਨੂੰ ਵੀ ਵਿੱਚ ਬੰਦ ਕਰ ਦੇ ਹੈਰੀ ਨੂੰ ਵੀ ਦੋਮੀਕੇ ਇਹਦੇ ਵਿੱਚ ਰਹਿਣਗੇ ਇਹਨਾਂ ਦੀ ਨਹੀਂ ਸਾਨੂੰ ਸਮਝ ਆਉਂਦੀ ਹੈਗੀ ਇਹਨਾਂ ਨੇ ਅੰਡੇ ਦਿੱਤੇ ਹੋਏ ਨਾ ਪਿਛਲੇ ਵਲੋਗ ਚ ਆਪਾਂ ਦਿਖਾਇਆ ਸੀਗਾ ਅੰਡੇ ਇਹਨਾਂ ਨੇ ਦੇਤੇ ਹੋਏ ਆ ਤੇ ਦੋਵੀਂ ਜਾਣੇ ਨਾ ਹੁਣ ਕੂਜੀ ਦੇ ਵਿੱਚ ਬੈਠੇ ਹੋਏ ਆ ਆ ਜਨਾਬ ਚੈੱਕ ਕਰੋ ਪੂਰੇ ਦਾ ਪੂਰਾ ਜੋੜਾ ਜਿਹੜਾ ਵਾ ਉਹ ਕੂਜੀ ਦੇ ਅੰਦਰ ਬੈਠਾ ਵਾ ਬਲਕੇ ਆਪਣੇ ਅੰਡੇਆਂ ਤੇ ਬੈਠਾ ਹੋਇਆ ਵਾ ਮਾਸ਼ਾਅੱਲਾ ਇਹਨਾਂ ਨੇ ਵੀ ਅੰਡੇ ਜਿਹੜੇ ਨਾ ਉਹ ਦੇ ਦਿੱਤੇ ਹੋਏ ਆ ਯਾਰ ਲੱਕੇ ਕਬੂਤਰ ਨੂੰ ਪਤਾ ਨਹੀਂ ਕੀ ਗੱਲ ਹੋਈ ਆ ਇਹਨਾਂ ਨੇ ਨਾ ਆਪਣੇ ਬੱਚਿਆਂ ਨੂੰ ਦਾਣਾ ਦੇਣਾ ਵੀ ਛੱਡਤਾ ਵਾ ਬੱਚਿਆਂ ਦੇ ਪੋਟੇ ਅੱਜ ਬਿਲਕੁਲ ਖਾਲੀ ਹੋਏ ਹੋਏ ਆ ਔਰ ਸਾਡੇ ਨਾਲ ਇੱਕ ਬੱਚੇ ਦੀ ਅ ਆ ਦੇਖੋ ਇਹਦੀ ਇੱਕ ਅੱਖ ਵੀ ਬੰਦ ਹੋ ਗਈ ਹੋਈ ਆ ਇਹਦੀ ਵੀ ਅਸੀਂ ਟ੍ਰੀਟਮੈਂਟ ਜਿਹੜੀ ਨਾ ਉਹ ਕਰ ਰਹੇ ਆ ਬਾਕੀ ਇਹਨਾਂ ਦੇ ਪੋਟੇ ਖਾਲੀ ਹੋ ਗਏ ਹੋਏ ਆ ਮੈਨੂੰ ਲੱਗਦਾ ਇਹਨਾਂ ਨੂੰ ਸਿਰੰਜਾਂ ਦੇ ਨਾਲ ਮਾਰ ਸਰੀ ਲੈਗ ਦੇ ਦੇ ਕੀ ਪਾਲਣਾ ਪੈਣਾ ਇਸ ਬਰਤਨ ਦੇ ਵਿੱਚ ਵੀ ਦਾਣਾ ਜਿਹੜਾ ਹੈ ਉਹ ਨਾ ਤਕਰੀਬਨ ਖਤਮ ਹੋ ਚੁੱਕਿਆ ਵਾ ਥੋੜਾ ਜਿਹਾ ਰਹਿਦਾ ਵਾ ਨੀਚੇ ਵਾਲੇ ਬਰਤਨ ਦੇ ਵਿੱਚ ਵੀ ਦਾਣਾ ਨਹੀਂ ਹੈਗਾ ਉਹਦੇ ਵਿੱਚ ਵੀ ਆਪਾਂ ਦਾਣਾ ਰੱਖਣਾ ਵਾ ਇਸ ਬਰਤਨ ਦੇ ਵਿੱਚ ਵੀ ਦਾਣਾ ਖਤਮ ਹੋ ਗਿਆ ਵਾ ਪਾਣੀ ਵੀ ਗੰਦਾ ਹੋਇਆ ਹੋਇਆ ਵਾ ਪਾਣੀ ਵੀ ਬਦਲਣੇ ਵਾਲਾ ਹੋਇਆ ਵਾ ਜਿਹੜੀ ਅੰਦਰ ਬਰਤਨ ਲੱਗੇ ਹੋਇਆ ਇਹਨਾਂ ਦੇ ਵਿੱਚ ਵੀ ਸਾਰਾ ਦਾਣਾ ਪਾਣੀ ਜਿਹੜਾ ਹੈ ਉਹ ਨਾ ਦੁਬਾਰਾ ਤੋਂ ਕਰਨ ਵਾਲਾ ਹੋ ਗਿਆ ਵਾ ਅਮਾਰ ਹੁਣ ਆਪਾਂ ਇਦਾਂ ਕਰੀਏ ਕਿ ਜਲਦੀ ਜਲਦੀ ਸਭ ਤੋਂ ਪਹਿਲੇ ਦਾਣਾ ਪਾਣੀ ਕਰ ਲਈਏ ਸਾਰੇ ਪ੍ਰਿੰਦਿਆਂ ਦਾ ਤੇ ਉਸ ਤੋਂ ਬਾਅਦ ਆਪਾਂ ਨਾ ਆਪਣੀ ਹਾਂ ਉਸ ਤੋਂ ਬਾਅਦ ਤੁਹਾਨੂੰ ਸਰਪ੍ਰਾਈਜ਼ ਦੇਣੀ ਹੈ ਸਾਡੀ ਬਿੰਬ ਜਾਏਗਾ ਨਾ ਵੀਰੋ ਯਾਰ ਮੈਨੂੰ ਭੁੱਲ ਗਿਆ ਸੀਗਾ ਕਿ ਐਸੇ ਕੇਜ ਦੇ ਵਿੱਚ ਜਨਾਬ ਤੁਹਾਡੇ ਵਾਸਤੇ ਸਾਡੇ ਕੋਲ ਸਰਪ੍ਰਾਈਜ਼ ਵੀ ਹੈਗਾ ਵਾ ਉਹ ਵੀ ਤੁਹਾਨੂੰ ਦਿਖਾਉਣੀ ਤੇਨੂੰ ਕੈਦੇ ਬਾ ਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਹੈ ਜਿਹੜਾ ਪਿੰਜਰੇ ਦੇ ਵਿੱਚ ਟੜਿਆ ਹੋਇਆ ਵਾ ਆ ਫੜਲਾ ਦਾਣਾ ਦਾਣੇ ਵਿੱਚ ਜਨਾਬ ਸਾਡੇ ਕੋਲ ਬਾਜਰਾ ਵਾ ਆਲਾ ਫੜ ਫੜਾਓ ਫੜਲਾ ਫੜਾਓ ਹੱਥ ਪਾ ਫਾੜੇ ਨੂੰ ਕੀ ਆ ਲੈ ਤੁਸੀਂ ਫੜਾਓ ਯਾਰ ਉਂਗਲੀ ਤੇ ਬਾ ਕੀ ਗੱਲ ਆ ਫੜਾਓ ਉਂਗਲੀ ਬਾ ਫੜਲਾ ਹੁਣ ਇਦਾਂ ਕਰਨਾ ਵਾ ਦਾਣਾ ਦੇਰ ਕੋਲ ਆ ਗਿਆ ਵਾ ਤੇ ਜਿਹੜਾ ਪਾਣੀ ਵਾਲੇ ਬਰਤਨ ਲੱਗੇ ਨੇ ਸਾਰੇ ਕੱਢ-ਕੱਢ ਕੇ ਮੈਨੂੰ ਇੱਥੋਂ ਦੀ ਫੜਾਈ ਜਾਣੇ ਆ ਤੇ ਮੈਂ ਤੈਨੂੰ ਪਾਣੀ ਭ ਆ ਇਥੋਂ ਨਹੀਂ ਫੜਾਈ ਜਾਣੇ ਆ ਤੇ ਮੈਂ ਤੈਨੂੰ ਪਾਣੀ ਪਾਰ ਫੜ ਕੇ ਲਿਆ ਆ ਕੇ ਨਾ ਫੜਾਈ ਜਾਣਾ ਵਾ ਦਾਣਾ ਪਾਣੀ ਤਕਰੀਬਨ ਸਾਰਾ ਹੋ ਗਿਆ ਵਾ ਤੁਸੀਂ ਦੇਖੋਗੇ ਆਪਣੀਆਂ ਸਾਰੀਆਂ ਚਿੜੀਆਂ ਮਾਸ਼ਾਅੱਲਾ ਦਾਣਾ ਖਾ ਰਹੀਆਂ ਵਾ ਆਪਣੇ ਲੱਕੇ ਕਬੂਤਰਾਂ ਨੂੰ ਵੀ ਆਪਾਂ ਦਾਣਾ ਪਾਤਾ ਵਾ ਤੇ ਹੁਣ ਅਸੀਂ ਇੱਕ ਫੈਸਲਾ ਕੀਤਾ ਵਾ ਉਹ ਫੈਸਲਾ ਇਹ ਆ ਕਿ ਜਿਹੜੀ ਪਰਾਲੀ ਅਸੀਂ ਵੁੱਡਨ ਕੇਜ ਦੇ ਵਿੱਚ ਪਾਈ ਸੀ ਨਾ ਉਹ ਅਸੀਂ ਸਾਫ਼ ਕਰ ਦਈਏ ਕਿਉਂਕਿ ਗਰਮੀ ਹੁਣ ਕਾਫੀ ਜ਼ਿਆਦਾ ਆ ਗਈ ਹੈ ਤੇ ਆ ਮਾਰ ਨਾਲ ਪਰਾਲੀ ਵਿੱਚੋਂ ਬਾਹਰ ਕੱਢ ਰਿਹਾ ਵਾ ਐਸ ਕੇਜ ਦੀ ਅਸੀਂ ਕੱਢਤੀ ਆ ਕੋਕਟੇਲ ਦੀ ਵੀ ਕੱਢਤੀ ਆ ਤੇ ਐਸ ਕੇਜ ਦੇ ਵੀ ਤਕਰੀਬਨ ਆਪਾਂ ਸਾਰੀ ਬਾਹਰ ਕੱਢਦੀ ਹੋਈ ਆ ਪਿੱਛੇ ਆਪਣੇ ਕੋਲ ਦੋ ਕੇਜ ਬਚੇ ਆ ਇਹ ਦੋਵੇਂ ਕੇਜ ਆਪਣੇ ਖਾਲੀ ਆ ਪਰਾਲੀ ਦੇ ਨਾਲ ਨਾ ਬਹੁਤ ਜ਼ਿਆਦਾ ਹੀਟ ਹੋ ਜਾਂਦੀ ਆ ਜਿਦੀ ਵਜੇ ਨਾਲ ਸਾਨੂੰ ਇਦਾਂ ਲੱਗਿਆ ਸੀਗਾ ਕਿ ਸਾਡਾ ਜਿਹੜਾ ਲਾਟੀਨੋ ਉਹ ਨਾ yellow ਕਲਰ ਦਾ ਉਹ ਬਿਮਾਰ ਵੀ ਹੋ ਗਿਆ ਸੀਗਾ ਹਾਂ ਬਸ ਦੀ ਵਜੇ ਨਾਲ ਹੀਟ ਦੀ ਵਜੇ ਨਾਲ ਤੇ ਇਸ ਕਰਕੇ ਅਸੀਂ ਪਰਾਲੀ ਵੀ ਕੱਢਣ ਲੱਗੇ ਆਂ ਔਰ ਜਿਹੜੀ نیچے ਤੂੜੀ ਆ ਉਹ ਵੀ ਕਾਫੀ ਜ਼ਿਆਦਾ ਪਈ ਹੋਈ ਆ ਇਹ ਵੀ ਆਪਾਂ ਨਾ ਅੱਜ ਕੁਝ ਘਟਾ ਦੇਣੀ ਅਲhamdulillah ਜਨਾਬ ਸਾਰੇ ਕੇਜਾਂ ਦੀ ਸਫਾਈ ਕਰਦੀ ਹੋਈ ਆ نیچے ਜਿਹੜੀ ਪਰਾਲੀ ਵਗੈਰਾ ਪਈ ਸੀਗੀ ਉਹ ਵੀ ਸਾਰੀ ਅੱਛੇ ਤਰੀਕੇ ਨਾਲ ਸਾਫ਼ ਕਰਤੀ ਆ ਔਰ ਆ ਜਿਹੜਾ ਬੁਰਸ਼ ਵਨ ਜਨਾਬ ਸਾਡੇ ਕੋ ਇਹ ਮਾਰ ਮਾਰ ਕੇ ਸਾਰੀ ਇਹਦੇ ਨਾਲ ਅਸੀਂ ਸਫਾਈ ਕੀਤੀ ਆ ਆਪਣੇ ਲੂਟੀਨੋ ਦੀ ਵੀ ਚੰਗੀ ਤਰ੍ਹਾਂ ਥੱਲੋਂ ਕੇਜ ਸਾਫ਼ ਹੋ ਗਿਆ ਵਾ ਕੋਕਟੇਲ ਦਾ ਵੀ ਕੇਜ ਅਸੀਂ ਸਾਫ਼ ਕਰਤਾ ਵਾ ਬਾਕੀ ਸਾਰਿਆਂ ਨੂੰ ਅਸੀਂ ਦਾਣਾ ਪਾਣੀ ਵੀ ਜਿਹੜਾ ਬਣਾ ਉਹ ਕਰਤਾ ਵਾ ਜਿਹੜੇ ਆਪਣੇ ਪਰਿੰਦੇ ਆਜ਼ਾਦ ਫਿਰ ਰਿਹਾ ਜਨਾਬ ਉਹਨਾਂ ਵਾਸਤੇ ਮਿਕਸ ਦਾਣਾ ਵਾ ਉਹਨਾਂ ਨੂੰ ਵੀ ਪਾਣੀ ਬਦਲਦਾ ਵਾ ਦਾਣਾ ਬਦਲਦਾ ਵਾ ਉੱਪਰ ਵਾਲੇ ਬਰਤਨ ਦੇ ਵਿੱਚ ਵੀ ਅਸੀਂ ਦਾਣਾ ਜਿਹੜਾ ਵਾ ਨਾ ਉਹ ਪਾਤਾ ਵਾ ਦੋ ਫਿੰਜੀਆਂ ਆਪਣੇ ਕੋ ਵੁੱਡਨ ਕੇਜ ਦੇ ਵਿੱਚ ਸੀਗੀਆਂ ਆ ਵੀ ਤੁਹਾਨੂੰ ਪਤਾ ਵਾ ਕਿ ਆਪਾਂ ਆਜ਼ਾਦ ਕਰਤੀਆਂ ਵਾ ਆਪਣੇ ਕੋ ਮਾਸ਼ਾਅੱਲਾ ਕਾਫੀ ਜ਼ਿਆਦਾ ਪਰਿੰਦੇ ਹੁਣ ਆਜ਼ਾਦ ਫਿਰ ਰਿਹਾ ਅਸੀਂ ਹੀ ਆਪਣੇ ਨਾ ਕੇਜ ਸਾਫ਼ ਕੀਤੇ ਆ ਵੁੱਡਨ ਕੇਜ ਤੇ ਉਹਨਾਂ ਵਿੱਚੋਂ ਦਾਣਾ ਥੋੜਾ ਥੋੜਾ ਥੱਲੇ ਖਿਲਰ ਰਿਹਾ ਵਾ ਤੇ ਆਪਣੀ ਰੈਡ ਟੇਲ ਜਿਹੜੀ ਲੱਕੀ ਕਬੂਤਰੀ ਆ ਜਨਾਬ ਥੱਲੇੋਂ ਦਾਣਾ ਚੁਗ ਰਹੀ ਆ ਔਰ ਇਹਦੀ ਟੇਲ ਜਿਹੜੀ ਆ ਨਾ ਮਾਸ਼ਾਅੱਲਾ ਬੜੀ ਜ਼ਿਆਦਾ ਮੈਨੂੰ ਖੂਬਸੂਰਤ ਲੱਗਦੀ ਆ ਅਸੀਂ ਅੱਜ ਸੋਚਿਆ ਸੀਗਾ ਕਿ ਯਾਰ ਅਸੀਂ ਨਾ ਆਪਣੇ ਜਿਹੜ ਉੱਪਰ ਵਾਲੀ ਸਾਰੀ ਸਫਾਈ ਅਸੀਂ ਕੱਲ ਕਰਤੀ ਸੀਗੀ ਉੱਪਰ ਵਾਲਾ ਜਿਹੜਾ ਆਪਣੇ ਕੋ ਕਬੂਤਰਾਂ ਦਾ ਕੇਜ ਵਾ ਉਹ ਵੀ ਆਪਾਂ ਸਾਫ਼ ਕਰਤਾ ਸੀਗਾ ਤੁਹਾਨੂੰ ਪਤਾ ਵਾ ਕਿ ਕਬੂਤਰਾਂ ਨੂੰ ਬਿਮਾਰੀ ਆਈ ਜਾਂ ਬਹੁਤ ਜ਼ਿਆਦਾ ਆਪਣੇ ਕਬੂਤਰ ਮਰੇ ਆ ਔਰ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਸਾਡੇ ਆਹ ਪੰਰਿੰਦਿਆਂ ਨੂੰ ਕੁਝ ਹੋ ਗਏ ਇਹਨਾਂ ਨੂੰ ਬਿਮਾਰੀ ਆਵੇ ਇਸ ਕਰਕੇ ਅਸੀਂ ਟਾਈਮੋ ਟਾਈਮ ਹੀ ਜਨਾਬ ਆ ਵੀ ਕੇਜ ਸਾਫ਼ ਕਰਨ ਦਾ ਸੋਚ ਲਿਆ ਵਾ ਵੁੱਡਨ ਕੇਜ ਆਪਾਂ ਸਾਫ਼ ਕਰਤਾ ਹੋਇਆ ਵਾ ਤੇ ਜਿਹੜੀ ਹੁਣ ਨੀਚੇ ਤੂੜੀ ਵਗੈਰਾ ਖਿਲਰੀ ਹੋਈ ਹੈ ਨਾ ਇਹ ਵੀ ਸਾਰੀ ਆਪਾਂ ਅੱਜ ਨਾ ਮਤਲਬ ਸਾਰੀ ਤੇ ਨਹੀਂ ਚੱਕਣੀ ਹੈਗੀ ਯਾਨੀ ਕਿ ਕਾਫੀ ਜ਼ਿਆਦਾ ਚੁੱਕ ਦੇਣੀ ਆ ਚੰਗੀ ਤ ਤੇ ਅਮਾਰ ਸਾਹਿਬ ਜਨਾਬ ਪਿੰਜਰੇ ਦੇ ਵਿੱਚ ਵੜੇ ਹੋਇਆ ਨੀਚੋਂ ਵੀ ਚੰਗੀ ਤਰ੍ਹਾਂ ਅਸੀਂ ਸਵਾਈ ਕਰਨ ਲੱਗੇ ਆਂ ਚੋਰੀ ਮਾਰਦੇ ਹੱਥ ਵਿੱਚ ਨਾਲ ਅਸੀਂ ਝਾੜੂ ਫੜਾਇਆ ਵਾ ਓਏ ਹੋਏ 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 ਯਾਰ ਨੀਚੋਂ ਕੀ ਹਾਲ ਹੋਇਆ ਪਿਆ ਵਾ ਕਿੰਨੀ ਕਿੰਨੀ ਤੂੜੀ ਦੀ ਤਹਿ ਚੜੀ ਹੋਈ ਆ ਤੇ ਇੰਨੀ ਜ਼ਿਆਦਾ ਕੇਜ ਦੇ ਵਿੱਚ ਹੀਟ ਹੁੰਦੀ ਆ ਅੱਜ ਆਪਾਂ ਤਕਰੀਬਨ ਸਾਰੀ ਤੂੜੀ ਨਾਲ ਵਿੱਚੋਂ ਚੋਕ ਦੇਣੀ ਆ ਨੀਜੇ ਜਨਾਬ ਆਪਣਾ ਚੋਰੀ ਮਾਰ ਲੱਗਾ ਹੋਇਆ ਵਾ ਕੇਜ ਸਾਫ਼ ਕਰਨ ਤੇ ਅਸੀਂ ਲੱਕੇ ਕਬੂਤਰ ਚੋਕ ਕੇ ਆ ਉੱਪਰ ਜੜਾਤੇ ਆ ਲੱਕੇ ਕਬੂਤਰਾਂ ਦੇ ਬੱਚੇ ਵੀ ਅਸੀਂ ਨਾ ਉੱਪਰ ਰੱਖਦੇ ਆ ਇਹ نیچے ਡਿਸਟਰਬ ਹੋ ਰਹੇ ਸੀਗੇ ਕਦੀ ਉਧਰ ਵੱਜਣਦੇ ਸੀਗੇ ਕਦੀ ਇਧਰ ਵੱਜਣਦੇ ਸੀਗੇ ਤੇ ਹੁਣ ਅਸੀਂ ਸਫਾਈ ਜਿਹੜੀ ਇਹ ਨਾ نیچے ਅچھے ਤਰੀਕੇ ਨਾਲ ਕਰ ਲਵਾਂਗੇ ਲੱਕੇ ਕਬੂਤਰਾਂ ਨੂੰ ਪਹਿਲੇ ਇੱਟਾਂ ਰੱਖ ਕੇ ਦਿੱਤੀਆਂ ਸੀਗੀਆਂ ਜਿਹਦੇ ਵਿੱਚ ਉਹਨਾਂ ਨੇ ਬੈ ਕੇ ਅੰਡੇ ਦਿੱਤੇ ਸੀਗੇ ਤੇ ਹੁਣ ਅਸੀਂ ਸੋਚਿਆ ਵਾ ਕਿ ਉਹਨਾਂ ਵਾਸਤੇ ਨਾ ਅਸੀਂ ਗਮਲਾ ਰੱਖਾਂਗੇ ਤੇ ਉਹ ਗਮਲੇ ਵਿੱਚ ਬੈ ਕੇ ਅੰਡੇ ਦੇਣਗੇ ਔਰ ਇਹਦੇ ਵਿੱਚ ਆਪਣੀ ਨਵੀਂ ਬਰੀਡ ਕਰਨ ਓਏ ਹੋਏ 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 ਆ ਚੈੱਕ ਕਰੋ ਜਨਾਬ ਪੂਰਾ ਕੇਜ ਅਸੀਂ ਮੁਕੰਮਲ ਤੌਰ ਤੇ ਸਾਫ ਕਰਤਾ ਵਾ نیچے ਸਾਰੀ ਪਰਾਲੀ ਸਾਰੀ ਟੂੜੀ ਅਸੀਂ ਕੱਢਦੀ ਆ ਤੇ ਅਸੀਂ ਨਾ ਆਪਣੇ ਕਬੂਤਰਾਂ ਨੂੰ ਨਵੀਂ ਸੈਟਿੰਗ ਲਾ ਕੇ ਦੇ ਦਿੱਤੀ ਆ ਹੁਣ ਮੈਂ ਕੇਜ ਦੇ ਅੰਦਰ ਚਾਲਾਂ ਮਾਸ਼ਾਅੱਲਾ ਮਾਸ਼ਾਅੱਲਾ ਕਬੂਤਰਾਂ ਵਾਸਤੇ ਜਨਾਬ ਨਵਾਂ ਸੈਟਅਪ ਲੱਗ ਚੁੱਕਿਆ ਵਾ ਪਹਿਲੇ ਇੱਥੇ ਇੱਟਾਂ ਸੀਗੀਆਂ ਇੱਟਾਂ ਅਸੀਂ ਚੱਕ ਕੇ ਇੱਥੇ ਰੱਖਤੇ ਆ ਦੋ ਗਮਲੇ ਇੱਕ ਦੇ ਵਿੱਚ ਸਾਡੇ ਲੱਕੇ ਕਬੂਤਰਾਂ ਦੇ ਬੱਚੇ ਬੈਠੇ ਹੋਏ ਤੇ ਦੂਸਰਾ ਅਸੀਂ ਲੱਕੇ ਕਬੂਤਰਾਂ ਦੇ ਬਹਿਣ ਵਾਸਤੇ ਰੱਖਤਾ ਵਾ ਪਾਣੀ ਇਹਨਾਂ ਦਾ ਪਹਿਲੇ ਇੱਧਰ ਪਿਆ ਹੁੰਦਾ ਸੀਗਾ ਉਸ ਨੁੱਕਰ ਦੇ ਵਿੱਚ ਤੇ ਇੱਥੋਂ ਚੁੱਕ ਕੇ ਪਾਣੀ ਵੀ ਅਸੀਂ ਜਨਾਬ ਐਸ ਨੁੱਕਰ ਦੇ ਵਿੱਚ ਘਰਤਾ ਹੋਇਆ ਮੈਂ ਜਨਾਬ ਦਿਲੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਵਾਂ ਕਿ ਇਹ ਮਾਰਨੇ ਸਾਰਾ ਕੇਜ ਸਾਫ਼ ਕੀਤਾ ਵਾ ਕਿਨਾਂ ਮੇਰਾ ਨਾਮ ਲੈ ਕੇ ਮੈਂ ਕੇਜ ਸਾਫ਼ ਕੀਤਾ ਵਾ ਯਾਰ ਮੈਂ ਕਹਿੰ ਉੱਤਿਆ ਕੋਕੇ ਜੜਦਿਆ ਨਗ ਭਰੋਤਿਆ ਹੋਰ ਦੱਸ ਇਤੋਂ ਹੀਰੇ ਭਰੋਦੇ ਚਲ ਦੱਸ ਸੋਨੇ ਦੀਆਂ ਤਾਰਾਂ ਭਰੋਤੀਆਂ ਇਤੋਂ ਵੱਧ ਵੀ ਕੋਈ ਤਾਰੀਫ ਹੋ ਸਕਦੀ ਆ ਤੇ ਮੈਨੂੰ ਦੱਸ ਕੋਈ ਕਰ ਸਕਦਾ ਤੇਰੀ ਇਤੋਂ ਵੱਧ ਤਾਰੀਫ ਹਾਲਾਂਕਿ ਤੂੰ ਇਹਦੇ ਕਾਬਲ ਵੀ ਨਹੀਂ ਸੀਗਾ ਮੈਂ ਫਿਰ ਵੀ ਨਿੱਕ ਕਰਤੀ ਆ ਗਜਬ ਬੇਇੱਜ਼ਤੀ ਹੈ بڑے ਇੰਤਜ਼ਾਰ ਤੋਂ ਬਾਅਦ ਜਨਾਬ ਆਖਰਕਾਰ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਚੁੱਕੀਆਂ ਵਾ ਤੁਹਾਡੇ ਵਾਸਤੇ ਵੀ ਸਰਪ੍ਰਾਈਜ਼ ਆ ਤੇ ਸਾਡੇ ਵਾਸਤੇ ਵੀ ਸਰਪ੍ਰਾਈਜ਼ ਆ ਐਸੀ ਕੇ ਦੇ ਅੰਦਰ ਤੇ ਆਓ ਤੁਹਾਨੂੰ ਸਰਪ੍ਰਾਈਜ਼ ਦਿਖਾਉਣੇ ਆ ਜਲਦੀ ਜਲਦੀ ਆ ਜਿਓ ਆਈਏ ਆਪ ਇਧਰ ਕੁਜੀ ਜੇ ਮਾਰਨਾ ਮਾਸ਼ਾਅੱਲਾ ਜਨਾਬ ਸਾਡੀਆਂ ਜਾਵਾ ਨੇ ਵੀ ਅੰਡਾ ਜਿਹੜਾ ਬਣਾ ਉਹ ਦੇ ਦਿੱਤਾ ਹੋਇਆ ਵਾ ਔਰ ਸਾਡਾ ਜਾਵਾ ਜਿਹੜੀ ਮੇਲ ਹੈ ਕਿ ਫੀਮੇਲ ਹੈ ਇਹ ਫੀਮੇਲ ਜਿਹੜੀ ਆ ਉਹ ਮਾਸ਼ਾਅੱਲਾ ਅੰਡਿਆਂ ਦੇ ਉੱਪਰ ਬੈਠੀ ਹੋਈ ਆ ਉਹ ਤੁਸੀਂ ਚੈੱਕ ਕਰੋ ਆਏ ਆ ਸੀਗਾ ਜਨਾਬ ਤੁਹਾਡੇ ਬਾਅਦ ਸਰਪ੍ਰਾਈਜ਼ ਬੜਾ ਅਸੀਂ ਇੰਤਜ਼ਾਰ ਕੀਤਾ ਹੈ ਅੰਡੇ ਹੈ ਕਿੰਨੇ ਆ ਵਿੱਚ ਅੰਡੇ ਮੈਂ ਦੇਖਣਾ ਚਾਹਨਾ ਦੋ ਦੋ ਅੰਡੇ ਜਨਾਬ ਮਾਸ਼ਾਅੱਲਾ ਸਾਡੀਆਂ ਨਾ ਜਾਵਾ ਚਿੜੀਆਂ ਨੇ ਦਿੱਤੇ ਆ ਮੁਬਾਰਕਾਂ ਮੁਬਾਰਕਾਂ ਹਾਏ ਤੇਰੇ ਠੁਮਕੇ ਦੇ ਲੱਖਾਂ ਰੁਪਈਆ ਵਾਰ ਕੇ ਨਾ ਸੁੱਟ ਦਵਾਂ ਜਿਹੜਾ ਠੁਮਕਾ ਪਹਿਲੇ ਲਾਇਆ ਵਾ ਇੱਕ ਵਾਰੀ ਫੇਰ ਲਾ ਦੇ ਯਾਰ ਚੱਲ ਲਾ ਦੇ ਮੁਬਾਰਕਾਂ ਐਦਾਂ ਨਹੀਂ ਪਹਿਲੇ ਦਿਨਾਂ ਪਹਿਲੇ ਦਿਨਾਂ ਯਾਰ ਲਾ ਦੇ ਯਾਰ ਦੇਖ ਲਾ ਚੱਲ ਸਾਡੀ YouTube ਫੈਮਲੀ ਵਾਸਤੇ ਲਾ ਦੇ ਇੱਕ ਵਾਰੀ ਸਿਰਫ ਚਲ ਮੁਬਾਰਕਾਏ ਮੁਬਾਰਕ ਸਾਨੂੰ ਬਹੁਤ ਜ਼ਿਆਦਾ ਇੰਤਜ਼ਾਰ ਸੀਗਾ ਕਿ ਯਾਰ ਸਾਡੀਆਂ ਜਾਵਾ ਚਿੜੀਆਂ ਵੀ ਅੰਡੇ ਦੇਣ ਪਹਿਲੇ ਵੀ ਇਹਨਾਂ ਨੇ ਇੱਕ ਦਫਾ ਅੰਡੇ ਦਿੱਤੇ ਸੀਗੇ ਲੇਕਿਨ ਉਹ ਅੰਡੇ ਜ਼ਾਇਆ ਹੋ ਗਏ ਉਹਨਾਂ ਨੇ ਦਿੱਤੇ ਨਹੀਂ ਸੀ ਨਹੀਂ ਨਹੀਂ ਪਹਿਲੇ ਅੰਡੇ ਦਿੱਤੇ ਅੱਜ ਯਾਰ ਚਲੋ ਪਹਿਲੀ ਵਾਰੀ ਜਾਵਾ ਨੇ ਅੰਡੇ ਦਿੱਤੇ ਆ ਮੈਨੂੰ ਲੱਗਾ ਸੀ ਕਿ ਇਹਨਾਂ ਨੇ ਪਹਿਲੇ ਵੀ ਅੰਡੇ ਦਿੱਤੇ ਆ ਅਮਾਰ ਕਹਿੰਦਾ ਇਹਨਾਂ ਨੇ ਪਹਿਲੇ ਅੰਡੇ ਦਿੱਤੇ ਨਹੀਂ ਸੀ ਆਗੇ ਯਾਰ ਸਾਨੂੰ ਬਹੁਤ ਜ਼ਿਆਦਾ ਇੰਤਜ਼ਾਰ ਸੀਗਾ ਕਿ ਸਾਡੀਆਂ ਜਾਵਾ ਚਿੜੀਆਂ ਵੀ ਅੰਡੇ ਦੇਣ ਤੇ ਅਲਹਮਦੁਲਿਲਾ ਜਨਾਬ ਜਾਵਾ ਨੇ ਅੰਡੇ ਦੇਤੇ ਆ ਜਨਾਬ ਸਾਡਾ ਜੋੜਾ ਵਾ ਜਾਵਾ ਦਾ ਜਿਹੜੀ ਵਾਈਟ ਜਾਵਾ ਨਾ ਬੜੀ ਜ਼ਿਆਦਾ ਕਿਊਟ ਆ ਤੇ ਆ ਹੈਗੀ ਜਨਾਬ ਫੀਮੇਲ ਜਿਹੜੀ ਬਲੈਕ ਐਂਡ ਵਾਈਟ ਆ ਤੇ ਗ੍ਰੇ ਆ ਤੇ ਆ ਜਨਾਬ ਵਾਈਟ ਜਿਹੜਾ ਵਾ ਇਹ ਹੈਗਾ ਵਾ ਮੇਲ ਤੇ ਜਦੋਂ ਇਹ ਬਰੀਡ ਕਰਨਗੇ ਜਦੋਂ ਇਹਨਾਂ ਦੇ ਬੱਚੇ ਨਿਕਲਣਗੇ ਤੇ ਆਏ ਹਾਏ 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 ਕਿੰਨਾ ਮਜ਼ਾ ਆਊਗਾ ਸਾਨੂੰ ਬਹੁਤ ਜ਼ਿਆਦਾ ਇੰਤਜ਼ਾਰ ਸੀਗਾ ਕਿ ਯਾਰ ਸਾਡੀਆਂ ਜਾਵਾ ਵੀ ਬਰੀਡ ਕਰਨ ਕਿਟ ਕੈਟ ਕੇਜ ਮੁਕੰਮਲ ਤੌਰ ਤੇ ਸਾਫ਼ ਹੋ ਚੁੱਕਿਆ ਵਾ ਤੇ ਹੁਣ ਜਨਾਬ ਸਾਡੇ ਕੋਲ ਨਾ ਆ ਕੇਜ ਰਹਿੰਦਾ ਵਾ ਇਹਦੇ ਵਿੱਚ ਆਪਣੇ ਕੋਲ ਆਸਟ੍ਰੇਲੀਅਨ ਤੋਤੇ ਆ ਤੇ ਆਪਾਂ ਨਾ ਇਹਦੇ ਵਿੱਚ ਇਹ نیچے ਵੀ ਇੱਕ ਜੋੜਾ ਕਬੂਤਰਾਂ ਦਾ ਵਾ ਤੇ ਔਰ ਉੱਪਰ ਵੀ ਇੱਕ ਜੋੜਾ ਕਬੂਤਰਾਂ ਦਾ ਰੱਖਿਆ ਹੋਇਆ ਵਾ ਇਹ ਸਿਰਫ ਜੋੜੇ ਲਵਾਉਣ ਵਾਸਤੇ ਰੱਖਿਆ ਜਦੋਂ ਜੋੜੇ ਲੱਗ ਗਏ ਇਹਨਾਂ ਨੂੰ ਆਪਾਂ ਉੱਪਰ ਸ਼ਿਫਟ ਕਰ ਦੇਣਾ ਵਾ ਤੇ ਆਹ ਕੇਜ ਵੀ ਯਾਰ ਸਾਡਾ ਨਾ ਕਾਫੀ ਜ਼ਿਆਦਾ ਗੰਦਾ ਹੋਇਆ ਹੋਇਆ ਵਾ ਇਨੂੰ ਆਪਾਂ ਨਾ ਹੁਣ ਕੱਲ ਨੂੰ ਸਾਫ਼ ਕਰਾਂਗੇ ਨਾਲੇ ਆਪਣੀ YouTube ਫੈਮਲੀ ਨੂੰ ਵਿਜ਼ਿਟ ਕਰਵਾਵਾਂਗੇ ਕਿ ਸਾਡੇ ਕਿਹੜੇ ਮਤਲਬ ਕਿ ਪੈਰੰਤ ਨੇ ਅੰਡੇ ਦਿੱਤੇ ਆ ਜਾਂ ਕਿਹੜੇ ਪੈਰੰਤ ਨੇ ਅੰਡਿਆਂ ਵਿੱਚੋਂ ਬੱਚੇ ਕੱਢ ਲਿਆ। ਕਿਹਦਾ ਲੱਗਿਆ ਵਾ ਅੱਜ ਦਾ ਵਲੋਗ ਅੱਜ ਦੀ ਵੀਡੀਓ ਕਮੈਂਡਸ ਕਰਕੇ ਬਤਾਏ ਨਾ ਨਾਲੇ ਜਿਹੜੇ ਭਰਾ ਨੇ ਜਿਹੜੇ ਦੋਸਤ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਯਾਰ ਚੈਨਲ ਸਬਸਕ੍ਰਾਈਬ ਕਰਨ ਤੋਂ ਬਿਨਾਂ ਨਹੀਂ ਜਾਣਾ ਹੈਗਾ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਦਵਾਵਾਂ ਦੀ ਯਾਦ ਰੱਖਿਓ ਮਿਲਦੇ ਆਂ ਅਗਲੇ ਵਲੋਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅੱਲਾ ਹਾਫਿਜ਼